देखो गाइस पीछे लिपस्टिक लग रही है ब्रेकफास्ट करन लगे हैं ते उस तो बाद ते आपा शूट दी लोकेशन ते पहुंच जाना साजन ऑल द बेस्ट खा 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 पहला सवेरे उठना नहीं टाइम सर हुण मुंह चाके दही ते नार नाल लेके घूमदी पिया ए गड्डी के तेरे भापे दा फाइव स्टार होटल है बदतमीजे जी होवे जेड़ी चीज चक गड्डी च खानी जेड़ी चीज चक गड्डी च पीनी लेट हो गए आ लावी मित्रो आज आप चले आ किथे नू कुफरी नू नाल लेके के नू कुफर नू मॉर्निंग वेरी वेरी गुड हो गई है मित्रो हुण हैगे अपने शूटिंग डे ते अपने दो गाने बैक टू बैक होंदे पे आ मैं ते गाने दे विच फीचरिंग कीती आ ब्लॉग नू एंड तक जरूर देखियो कुफरी जाके तुहानू दिखाउंदे आ किदां ही कप करदे ते किदां नहीं करदे कप कुप तां होणी नहीं बस तुसीं ब्लॉग चैक करके पसंद करियो लाइक कमेंट शेयर करना ना भुल्यो बाकी लव यू सारिआं नू थैंक यू सो मच सो गाइस कॉलिंग टाइम हैगा वा 9 बजे दा ते 5:28 मिनट हो गए ते असीं हजे चंडीगढ़ विच ही घूमी जांदे आ तुहानू की लगदा असीं 9 बजे तक पहुंच जांगे मैनू कहिंदे पए सी ना खांदी पई आ आप वी ना खांदे पए आ सवेरे सवेरे उठ गया गर्मी दा टाइम आ डोला हो गया सूरज की झातिया मारदा होया सीकाल जी सत्या की हाल चाल जी हो ठीक हो सब थैंक यू सो मच तुहाडीआं किरणां जदों पहाड़ जिड्डा ही मूंह ਪਾੜ ਜਿੱਦਾਂ ਘੱਟ ਮੂੰਹ ਆ ਤੁਹਾਡਾ ਇਦਾਂ ਦਾ ਪਾੜ ਜਿੱਦਾਂ ਮੂੰਹ ਆ ਸੇਮ ਮੈਚ ਕਰਦਾ ਵਾ ਇਹਨੂੰ ਵੀ ਚੈੱਕ ਕਰ ਤੂੰ ਖਾ ਲੋ ਕੰਮ ਯੈਸ ਮਾਰਨਿੰਗ ਦੇ ਵਿੱਚ ਨਿਕਲਣਾ ਨਾ ਬਹੁਤ ਵਧੀਆ ਲੱਗਦਾਗਾ ਤੇ ਵਾਈਬ ਵੀ ਇੰਨੀ ਵਧੀਆ ਵਧੀਆ ਆਉਂਦੀ ਹੈ ਨਾ ਫਰੈਸ਼ ਫਰੈਸ਼ ਰਸ਼ ਵੀ ਹੈ ਨੀਗਾ ਹਾਂ ਨਾਲ ਟ੍ਰੈਫਿਕ ਵੀ ਨੀਗਾ ਮੇਰੇ ਹਿਸਾਬ ਨਾਲ ਮੈਂ ਸੁੱਤਾ ਵੀ 3 ਕ ਵਜੇ ਹੋਣਾ ਹੈ ਤੇ 4 ਵਜੇ ਅਲਾਰਮ ਵੱਜ ਗਿਆ ਤੋਂ ਪੈਕਿੰਗ ਕਰਦੇ ਕਰਦੇ ਸਾਨੂੰ 2 ਵਜ ਗਏ सो फाइनली गाइस पहाड़ा च पहुंच चुके हैं पहाड़ा च आए हैं गर्मी च हुने पहाड़ा वाल नी अदा तेरा लगू उथे जी नखरो कमेटी चक्की पहाड़ा च आया सो गाइस जे बंदे ने ना माइंड फ्रेश करना होवे ता पहाड़ा च किन्ना सुकून मिल रहा है सो एक तुहानू मैं चीज़ दसदा हाँ जिथे आपां लोकेशन ते इस टाइम हैगे हाँ एक कुफरी तो 16 किलोमीटर दूर आ जिहड़े तुसीं ओह घर देखदे पए ओह घर तो जिहड़ा पहाड़ है ना
ਉਹਦੀ ਮੈਂ ਤੁਹਾਨੂੰ ਇੱਕ ਖਾਸ ਗੱਲ ਦੱਸੂਗਾ ਕਿ ਕੋਈ ਖਾਸ ਗੱਲ ਨਹੀਂ ਹੈਗੀ, ਇਹ ਵੀ ਬਾਕੀਆਂ ਪਹਾੜਾਂ ਕੋਲ ਪਹਾੜ ਆ। ਸੋ ਥੈਂਕ ਯੂ ਸੋ ਮੱਚ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਬਾਕੀ ਵਲੋਗ ਆ ਜਾਣਾ ਆ ਸ਼ਿਮਲੇ ਦਾ, ਉਹ ਸੋਰੀ ਪਹਿਲਾਂ ਆਪਾਂ ਚੰਡੀਗੜ੍ਹ, ਚੰਡੀਗੜ੍ਹ ਤੋਂ ਪਹਿਲਾਂ ਅਸੀਂ ਕੁਫਰੀ ਪਹੁੰਚ ਗਏ ਸੀ। ਪਹਿਲਾਂ ਕੁਫਰੀ ਪਹੁੰਚਣੀ ਨਹੀਂ, ਪਹਿਲਾਂ ਆਪਾਂ ਗਏ ਕਸੋਲ, ਕਸੋਲ ਨਹੀਂ ਸੋਰੀ, ਪਹਿਲਾਂ ਆਪਾਂ ਗਏ ਸੋਲਨ, ਸੋਲਨ ਤੋਂ ਆਪਾਂ ਗਏ ਸ਼ਿਮਲੇ, ਸ਼ਿਮਲੇ ਤੋਂ ਆਪਾਂ ਗਏ ਕੁਫਰੀ, ਕੁਫਰੀ ਤੋਂ ਆਪਾਂ ਇਹ ਸਾਈਡ 'ਤੇ 15 ਕਿਲੋਮੀਟਰ ਦੂਰ। ਵਲੋਗ ਨੂੰ ਜ਼ਰੂਰ ਐਂਡ ਤੱਕ ਦੇਖਿਓ ਅਤੇ ਚੈਨਲ ਸਬਸਕ੍ਰਾਈਬ ਕਰ ਲਿਓ। ਬਹੁਤ ਫਨੀ ਵਲੋਗ ਆ, ਇੱਦਾਂ ਕਹੀਏ ਲੈ। ਜਿੱਦਾਂ ਕਿ ਤੁਹਾਨੂੰ ਪਤਾ ਆ ਜਿੱਦਾਂ ਪਹਾੜਾਂ ਦੇ ਵਿੱਚ ਆਏ ਹਾਂ ਅਤੇ ਗਰੀਬਾਂ ਨੂੰ ਚਾਹ ਵੀ ਨਹੀਂ ਪਾਉਣੀ ਹੁੰਦੀ ਸੀ, ਦੇਖ ਸਕਦੇ ਤੁਸੀਂ ਤੇ ਮੰਗਾ ਲਵਾਂਗੇ ਰੋਈ ਕਾਤੇ ਜਾਂਦੀ ਆ। ਤੂੰ ਆਪਣੀ ਪੀ ਲੈ, ਮੈਂ ਆਪਣੀ ਬਾਅਦ ਚੋਂ ਪੀ ਲੈਣਾ। ਸੋ ਆਪਣੇ ਜਿਹੜੇ ਸ਼ੂਟ ਦੇ ਕੱਪੜੇ ਡਰੈਸਿਸ ਰੈਡੀ ਹੋ ਕੇ ਆ ਗਏ ਆ ਤੇ ਕੋਸਟਿਊਮ ਰੈਡੀ ਹੋ ਕੇ ਆ ਗਏ ਆ ਤੇ ਆਪਾਂ ਬ੍ਰੇਕਫਾਸਟ ਕਰਨ ਲੱਗੇ ਹਾਂ ਅਤੇ ਉਸ ਤੋਂ ਬਾਅਦ ਤੇ ਆਪਾਂ ਸ਼ੂਟ ਦੀ ਲੋਕੇਸ਼ਨ 'ਤੇ ਪਹੁੰਚ ਜਾਣਾ ਆ ਅਤੇ ਵਲੌਗ ਨੂੰ ਐਂਡ ਤੱਕ ਦੇਖਿਓ ਅਤੇ ਇਸ ਨਲਾਇਕ ਨੂੰ ਵੀ ਐਂਡ ਤੱਕ ਦੇਖਿਓ। ਸਾਧਨ ਤੁਹਾਨੂੰ ਪਤਾ ਬਹੁਤ ਜ਼ਿਆਦਾ ਕਾਲਾ ਹੈ ਨਾ, ਦੱਸੋ ਸਾਧਨ ਦਾ ਹੋ ਰਿਹਾ ਵਾ ਹੁਣ ਮੇਕਅਪ, ਨੋਣਾ ਨੋਣਾ ਬਣ ਰਿਹਾ ਸਾਧਨ, ਬਣਨ ਲੱਗਿਆ ਕੁੜੀ ਮੇਕਅਪ ਕਰਕੇ ਸਾਧਨ ਬਣਨ ਲੱਗਿਆ ਕੁੜੀ। ਕੁੜੀਆਂ ਹੀ ਮੇਕਅਪ ਕਰਦੇ ਹੁੰਦੇ, ਮੁੰਡੇ ਤਾਂ ਮੇਕਅਪ ਨਹੀਂ ਕਰਦੇ ਹੁੰਦੇ। ਮੈਂ ਐਡਿਟ ਕਰਕੇ ਪਾਊ, ਤੁਸੀਂ ਨਹੀਂ ਪਾਓਗੇ ਐਡਿਟ ਕਰਕੇ। ਸੋ ਗਾਈਜ਼ ਹੁਣ ਆਪਣਾ ਮੇਕਅਪ ਸ਼ੁਰੂ ਹੋ ਚੁੱਕਿਆ, ਲਿਪਸਟਿਕ ਲੱਗ ਰਹੀ ਹੈ, ਲਿਪਸਟਿਕ ਲੱਗ ਰਹੀ ਹੈ। ਓ ਵਾਓ ਨਾਈਸ, ਗੋਰੇ ਗੋਰੇ ਚਿੱਟੇ ਚਿੱਟੇ। ਸੋ ਗਾਈਜ਼ ਹੁਣ ਮੇਰਾ ਹੋਣ ਲੱਗਾ ਮੇਕਅਪ, ਫਿਰ ਆਪਾਂ ਤੁਹਾਨੂੰ ਦਿਖਾਉਂਦੇ ਹਾਂ। ਗਾਈਜ਼ ਅਸੀਂ ਪਹੁੰਚ ਚੁੱਕੇ ਹਾਂ ਲੋਕੇਸ਼ਨ 'ਤੇ ਜਿੱਥੇ ਸਾਜਨ ਦਾ ਗਾਣਾ ਸ਼ੂਟ ਹੋ ਰਿਹਾ ਵਾ, ਅਤੇ ਨਿੰਗੇ ਵੇਰੀ ਕੁਛ ਬੋਲਣਾ ਚਾਹੋਗੇ? ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋ ਰਿਹਾ? ਔਕਵਰਡ ਫੀਲ ਹੋ ਰਿਹਾ ਕਿਉਂਕਿ ਔਕਵਰਡ ਫੀਲ ਮੈਨੂੰ ਔਕਵਰਡ ਨਹੀਂ ਹੁੰਦਾ, ਹੁੰਦਾ ਉਹਨੂੰ ਕਹਿੰਦੇ ਹੁੰਦੇ ਨਰਵਸ, ਨਰਵਸ ਫੀਲ ਹੋ ਰਿਹਾ ਕਿਉਂਕਿ ਇੰਨੇ ਰਸ਼ ਦੇ ਵਿੱਚ ਮੈਨੂੰ ਪਰਫਾਰਮੈਂਸ ਕਰਨੀ ਪੈਣੀ ਹੈ ਵਿੱਚ ਤਲਾਬ ਦੇ ਜਾ ਕੇ, ਅਤੇ ਜਿਵੇਂ ਕਿ ਗਾਣਾ ਵੀ ਉੱਤੋਂ ਰੋਮੈਂਟਿਕ ਆ, ਜਿਹੜੇ ਚੱਕਵੇਂ ਚੁੱਪ ਹੁੰਦੇ ਮੁੱਛ ਨੂੰ ਵੜਦੇ ਕਿ ਆਪਾਂ ਕਰ ਲਈਦਾ ਹੁੰਦਾ ਮਾੜਾ ਮੋਟਾ, ਥੋੜਾ ਮੇਕਅਪ ਲੱਥ ਗਿਆ, ਦੁਬਾਰਾ ਕਰਾਓ। ਚਲੋ ਮੇਕਅਪ ਲੱਥ ਗਈ, ਲੱਥ ਗਿਆ ਤੁਹਾਡਾ ਮੇਕਅਪ, ਮੇਕਅਪ ਲੱਥ ਗਿਆ ਗੁੱਡੀ ਦਾ। ਉਧਰ ਮੈਂ ਕਿੱਥੇ ਸੀਗਾ ਸਾਰੇ ਗੱਲ ਚਿੱਤੇ ਪਲ ਚ। ਹਾਂ ਚਲੋ ਅੱਗੇ ਦੱਸੋ ਫਿਰ ਹੋਰ, ਮੈਨੂੰ ਯਾਦ ਭੁੱਲ ਗਿਆ ਤੁਹਾਡਾ ਕੀ ਆ ਉਹਦੇ ਵਿੱਚ ਜਾ ਕੇ, ਹਾਂ ਤੇ ਮੈਨੂੰ ਐ ਕਰਨਾ ਪੈਣਾ ਭਾਜੀ, ਕਹਿੰਦਾ ਸ਼ਾਹਰੁਖ ਖਾਨ ਕੋ ਐ ਕਰੀਂਗੇ ਆਪਣੇ ਕੋ ਐ ਹੋਣਾ ਨਹੀਂ। ਉਹ ਸ਼ਾਹਰੁਖ ਖਾਨ ਦਾ ਕਿਹੜਾ ਲਾਈਲੁਕ ਸੀ ਉਹ ਜਿਹੜੀ ਭੱਜੀ ਭੱਜੀ ਪਾਣੀ ਦੇ ਵਿੱਚ ਆਉਂਦੀ ਹੁੰਦੀ ਆ? ਗਾਈਸ ਸਾਜਨ ਪਹੁੰਚ ਚੁੱਕਿਆ ਲੋਕੇਸ਼ਨ ਤੇ, ਤੇ ਸਾਜਨ ਦਾ ਹੋਣ ਲੱਗਿਆ ਵਾ ਹੁਣ ਸ਼ੂਟ। ਵਲੌਗ ਨੂੰ ਐਂਡ ਤੱਕ ਜ਼ਰੂਰ ਦੇਖ, ਬਹੁਤ ਹੀ ਜ਼ਿਆਦਾ ਫਨੀ ਵਲੌਗ ਹੋਊਗਾ ਅਤੇ ਨਾਲ ਬਹੁਤ ਹੀ ਜ਼ਿਆਦਾ ਮਜ਼ਾ ਆਉਗਾ। ਅਤੇ ਤੁਹਾਨੂੰ ਵੀ ਨਿਊ ਲੋਕੇਸ਼ਨਾਂ ਦਾ ਪਤਾ ਲੱਗੂਗਾ, ਜੇ ਤੁਸੀਂ ਵੀ ਘੁੰਮਣ ਆਓਗੇ ਤਾਂ ਇੱਦਾਂ ਦੀਆਂ ਲੋਕੇਸ਼ਨਾਂ 'ਤੇ ਜ਼ਰੂਰ ਆਇਓ ਬੋਟਿੰਗ ਵਗੈਰਾ ਕਰਨ। ਬਾਬੇ ਤੇਰੇ ਨੇ ਖੇਤ ਲਾਏ ਇੱਥੇ ਪਾਣੀ ਦੇ ਵਿੱਚ? ਵੀਰੇ ਤੁਸੀਂ ਤਾਂ ਸਾਰੇ ਜਾਣੇ ਉਤਰ ਗਏ, ਬੋਟ ਅੱਲੀ ਰਹਿ ਗਈ, ਅਸੀਂ ਪਤਾ ਨਹੀਂ ਕਿੱਥੇ ਚੱਲ ਜਾਣਾ। ਬਸ ਬੋਟ ਵਾਲੇ ਵੀਰੇ ਨੂੰ ਬੁਲਾ ਲਓ, ਸ਼ੁਕਰ ਹੈ ਵੀਰੇ ਤੁਸੀਂ ਆਏ ਸਾਨੂੰ ਲੈ ਕੇ ਜਾਣ ਲਈ, ਨਹੀਂ ਤਾਂ ਅਸੀਂ ਪਤਾ ਨਹੀਂ ਕਿੱਥੇ ਪਹੁੰਚ ਜਾਣਾ ਸੀ ਵੀਰੇ, ਸਾਨੂੰ ਬਹੁਤ ਜ਼ਿਆਦਾ ਟੈਨਸ਼ਨ ਹੋ ਗਈ ਸੀ ਆਪਣੀ, ਪਤਾ ਨਹੀਂ ਅਸੀਂ ਕਿੱਥੇ ਚੱਲ ਜਾਣਾ। ਸਾਜਨ ਅੱਜ ਚੰਗੇ ਡਿੱਕੇ ਆਇਆ ਹੋਇਆ ਉਹਨਾਂ ਨੇ, ਸਾਜਨ ਡੁੱਬ ਜਾਓ, ਕੋਈ ਗੱਲ
ਮੈਦਾਨ ਨੂੰ ਜੇ ਬੋਟ ਸਾਡੀ ਉੱਡ ਗਈ ਅਸੀਂ ਦੋਨੋਂ ਜਾਣੀਆਂ ਨੂੰ ਰੋੜ ਨਾ ਵੀ ਨਹੀਂ ਆਉਂਦਾ ਰੋੜ ਦਾ ਛੱਡੋ ਆ ਜਿਹੜੇ ਹੈਗੇ ਆ ਇਹਨਾਂ ਦੇ ਪਹਿਲਾਂ ਤਾਂ ਸਾਡੇ 1 1 ਲੱਖ ਰੁਪਏ ਜਾਊਗਾ ਪਾਣੀ ਦੇ ਵਿੱਚ ਠੀਕ ਹੈ ਉਹ ਤੋਂ ਬਾਅਦ ਸਾਨੂੰ ਆ ਵੀ ਨਹੀਂ ਚਲਾਉਣਾ ਹੁੰਦਾ 1 ਲੱਖ ਕੀ ਹੁੰਦਾ ਆਪਾਂ ਵੀ ਚੱਲਿਆ ਹੁਣ ਸਾਜਨ ਕੋਲ ਸਾਜਨ ਨੂੰ ਰਿਆ ਸੈਂਟਰ ਦੇ ਵਿੱਚ ਪਤਾ ਨਹੀਂ ਦਿਖ ਰਿਹਾ ਹੋਣਾ ਸਾਰਿਆਂ ਨੇ ਠੀਕ ਹੈ ਚੱਲਿਆ ਸਾਧਨ ਕੋਲ ਤੇ ਫਿਰ ਦਿਖਾਉਂਦੇ ਹਾਂ ਤੁਹਾਨੂੰ ਪ੍ਰੋਪਰ ਵਿਊ ਸਾਰਾ ਕਿੱਦਾਂ ਦਾ ਵਾ ਤੇ ਕਿੱਦਾਂ ਦਾ ਸ਼ੁਭ ਹੋ ਰਿਹਾ ਚੈੱਕ ਕਰੋ ਸਾਇਨ ਦਾ ਯੇ ਚੱਲ ਉਹ ਦੇਖੋ ਗਾਈਸ ਪਿੱਛੇ ਕਿਆ ਵਾਹ 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 ਸੈੱਟ ਸਭ ਕੁਛ ਰੈਡੀ ਆ ਨਾਣੇ ਜੀ ਉਤਰੇ ਨੇ ਮੱਛੀ ਫੜਨ ਚਲੋ ਭਾਜੀ ਉਹ ਗਾਈਸ ਬਹੁਤ ਚੰਗਾ ਚਲੋ ਚਲੋ ਭਾਜੀ ਕਰੀਏ ਡਨ ਹੁਣ ਆਪਾਂ ਸ਼ੂਟ ਕਰਨ ਤੋਂ ਬਾਅਦ ਗੇੜੀ ਤੇ ਆ ਆ ਦੇਖੋ ਪਹਿਲਾਂ ਨੋ ਦੇਓ ਕਾਲੇ ਹੋ ਗਏ ਇੱਕ ਮੇਰੇ ਕਿੱਡੇ ਦੇ ਗੇੜੀ ਤੇ ਸੀ ਆਪਾਂ ਨਾ ਗਰਮੀ ਦੇ ਵਿੱਚ ਨਿਕਲ ਨਹੀਂ ਸਕਦੇ ਕਿਉਂਕਿ ਬਹੁਤ ਜ਼ਿਆਦਾ ਗਰਮੀ ਪੈ ਰਹੀ ਆ ਅੱਜ ਕੱਲ ਹਨਾ ਤੇ ਇੱਥੇ ਵੀ ਹੈਗੀ ਆ ਜਿੱਦਾਂ ਕਿ ਸ਼ਿਮਲੇ ਐਂਡ ਕੁਛ ਹੋਰ ਮਨਾਲੀ ਦੇ ਵਿੱਚ ਵਿੱਚ ਅਸੀਂ ਤੇ ਉੱਥੇ ਵੀ ਬਹੁਤ ਜ਼ਿਆਦਾ ਗਰਮੀ ਆ ਬਟ ਪਾਣੀ ਕਰਕੇ ਇੰਨਾ ਠੰਡਾ ਇੰਨੀ ਠੰਡੀ ਹਵਾ ਚੱਲ ਰਹੀ ਆ ਨਾ ਤੁਹਾਨੂੰ ਕੀ ਦੱਸੀਏ ਬਸ